ਕਿੰਨਾ ਰੋਜ਼ਾ ਕਮਾ ਲੈਂਦੇ ਇਹ ਕੋ 7-800 ਰੁਪਏ ਬਣਾ ਲੀਦਾ ਜੀ ਕਾਰ ਦਾ ਫਿਰ ਸਿਸਟਮ ਸਹੀ ਚੱਲ ਰਿਹਾ ਸ਼ੁਕਰ ਹੈ ਮਾਲਕ ਜੀ ਰੱਬ ਰੋਟੀ ਦੇ ਜਾਂਦਾ ਆਪਾਂ ਖਾਈ ਪੀ ਜਾਂਦੇ ਬੱਚੇ ਪੜ੍ਹਦੇ ਨੇ ਲੈ ਜੀ ਹਾਂ ਪੜਨੋਂ ਹਟ ਕੇ ਆ ਜੀ ਕਿਉਂ ਉਹਨਾਂ ਗਾਲੀਆਂ ਕੋਈ 10 ਕੀਤੀਆਂ ਕਿ 12 ਕੀਤੀਆਂ ਅੱਛਾ ਹਾਂਜੀ ਕਾਰੋਬਾਰ ਕੋਈ ਨਹੀਂ ਹੈਗਾ ਜੀ ਹਾਂ ਤੇ ਵੇਲੇ ਨੇ ਬੱਚੇ ਵਾ ਵੇਲੇ ਰਹਿੰਦੇ ਆ ਮੇਰੇ ਸਿੱਧੇ ਹੀ ਆ ਬਸ ਬismillah ਰਹਿਮਾਨ ਰਹੀਮ ਅਸੀਂ ਅੱਜ ਨਿਕਲੇ ਆ ਪਿੰਡਾਵਾਲਾ ਕਿ ਨਿਕਲੇ ਅੱਲਾ ਪਾਕ ਦਾ ਨਾਮ ਲੈ ਕੇ ਨਿਕਲੇ ਆ ਤੇ ਇੱਕ ਦੋ ਨਾਲ ਵਾਦਾ ਵੀ ਕੀਤਾ ਕਿ ਅਸੀਂ ਤੁਹਾਨੂੰ ਮਿਲਾਂਗੇ ਸਵੇਰ ਨੂੰ ਇਨਸ਼ਾ ਅੱਲਾ ਉਹ ਵਾਦੇ ਦੇ ਹਾਮ ਨਾਲ ਅਸੀਂ ਨਿਕਲੇ ਆ ਔਰ ਅੱਲਾ ਪਾਕ ਦੀ ਮਰਜ਼ੀ ਪੂਰੀ ਹੋਣੀ ਹੈ ਇਹ ਸਾਨੂੰ ਪਿੰਡ ਦੇ ਸਟਾਰਟ ਦੇ ਵਿੱਚ ਇੱਕ ਹੱਕਦਾਰ ਮਿਲ ਗਿਆ ਹੈ और देखो जी धुप्पे साइकिल मेहनत करनी कि मुश्किल आँ रुको जी रुको 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 जी रुको जी अस्सलाम वालेकुम सलाम जी भाई इन खड़ा करो तो नीचे आओ ਚਲੋ ਜੀ ਠੀਕ ਹੋ ਗਿਆ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਮਾਸ਼ਾਅੱਲਾ ਤੇ ਕਿੱਧਰ ਆ ਰਹੇ ਜੇ ਕਿੱਧਰੋਂ ਜਾ ਰਹੇ ਜੇ ਨਵੀਂ ਸਮੁੰਦਰੀਆਂ ਮਾ ਹੁੰਦਾ ਜੀ ਨਵੀਂ ਸਮੁੰਦਰੀਆਂ ਜੀ ਉੱਥੇ ਉਸੇ ਵੀ ਉਧਰੋਂ ਆਇਆ ਤੇ ਤਾਂ ਬੜਾ ਸਫ਼ਰ ਹੈ ਇੱਥੋਂ ਤੱਕ ਦਾ ਇਹ 16 ਕਿਲੋਮੀਟਰ ਬਣਦਾ ਜੀ 16 ਕਿਲੋਮੀਟਰ ਰੋਜ਼ ਸਫ਼ਰ ਕਰਦੇ ਡੇਲੀ ਡੇਲੀ ਸਫ਼ਰ ਕਰਦੇ ਇਸ ਇਹੋ ਹੀ ਰੂਟ ਆ ਕਹਿੰਦੇ ਇਹ ਰੂਟ ਹੈ ਮੇਰਾ ਅੱਛਾ ਵਜਾ ਕਿ ਉੱਥੇ ਤੁਹਾਨੂੰ ਮਸੂਰੀ ਨਹੀਂ ਮਿਲ ਰਹੀ ਨਹੀਂ ਉਦੋਂ ਸੇ ਮੈਂ ਕਰਦਾ ਕਿਉਂ ਇੱਥੇ ਮੇਰੇ ਸਾਰੇ ਜਾਣਦੇ ਬੋਝਦੇ ਆ। ਅੱਛਾ 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 ਤੇ ਕੀ ਇਸ ਕਰ ਰਹੇ ਜੇ ਮੇਰੇ ਤੇ ਇੱਕ ਗਰਮੀਆਂ ਨੂੰ ਗੋਲਾ ਜੀ। ਗੋਲਾ ਅੱਛਾ ਤੇ ਸਿਆਲਾਂ ਨੂੰ ਪਾਪੜ ਆ ਜੀ। ਅੱਛਾ ਅੱਛਾ ਦਿਖਾਓ। ਐ ਬਰਫਾ ਜੀ। ਐ ਬਰਫਾ। ਹਾਂਜੀ। ਅੱਛਾ। ਸਹੀ ਹੋ ਗਿਆ। ਜੀ। ਐ ਬਣਾਓ ਜ਼ਰਾ ਗੋਲਾ। ਹੂੰ ਕਿਸ ਨਾਲ ਬਣਾਉਂਦੇ? ਐ ਸ਼ਰਬਤ ਨਾਲ ਰੱਖੇ। ਜੀ ਹਾਂ ਜੀ ਹਾਂ। ਤੇ ਕਿੰਨਾ ਰੋਜ਼ਾ ਕਮਾ ਲੈਂਦੇ ਹੂੰ 1 ਕੋ 7-800 ਰੁਪਏ ਬਣਾ ਲੈਂਦਾ ਜੀ 7-800 ਰੁਪਏ ਬਣਾ ਲੈਂਦਾ ਹਾਂ ਹਾਂਜੀ ਅੱਛਾ ਤੇ ਤੇ ਕਾਰ ਦਾ ਸਿਸਟਮ ਸਹੀ ਚੱਲ ਰਿਹਾ ਸ਼ੁਕਰ ਹੈ ਮਾਲਕ ਜੀ ਰੱਬ ਰੋਟੀ ਦੇ ਜਾਂਦਾ ਆਪਾਂ ਖਾਈ ਪੀ ਜਾਂਦੇ ਹਾਂ ਜੀ ਸ਼ੁਕਰ ਹੈ ਮਾਲਕ ਦਾ ਅੱਲਾ ਪਾਕ ਰੋਟੀ ਦੇ ਹੀ ਜਾਂਦਾ ਤੇ ਬਿਲਕੁਲ ਬੱਚੇ ਕਿੰਨੇ ਜੇ ਮੇਰੇ ਮਾਸ਼ਾਅੱਲਾ 6 ਬੱਚੇ ਆ ਜੀ ਮਾਸ਼ਾਅੱਲਾ ਬੱਚੇ ਪੜਦੇ ਨੇ ਨਹੀਂ ਜੀ ਹਾਂ 50 8 ਕਿਹ ਹੈ ਜੀ ਕਿਉਂ ਉਹਨੇ ਕਾਲੀਆਂ ਕੋਈ 10 ਕੀਤੀਆਂ ਕਿ 12 ਕੀਤੀਆਂ اچھا ਹਾਂਜੀ ਕਾਰੋਬਾਰ ਕੋਈ ਨਹੀਂ ਹੈਗਾ ਜੀ ਹਾਂ ਤੇ ਵੇਲੇ ਨੇ ਬੱਚੇ ਵਾ ਵੇਲੇ ਰਹਿੰਦੇ ਆ ਮੇਰੇ ਸਿਰ ਤੇ ਹੀ ਆ ਬਸ اچھا ਜੀ ਹਾਂ ਸਹੀ ਹੋ ਗਿਆ ਲੋ ਜੀ ਇਹ ਬਣ ਗਿਆ ਗੋਲਾ ਜੀ ਹਾਂ ਔਰ ਗਰਮੀਆਂ ਦੇ ਵਿੱਚ ਇਹ ਗੋਲੇ ਜਿਹੜੇ ਨਾ ਇਹ ਕੌਣ ਖਾਂਦੇ ਨੇ ਸਾਰੇ ਖਾਈ ਜਾਂਦੇ ਬੱਚੇ ਵੀ ਸਿਆਣੇ ਵੀ ਬਾਰੇ ਵੀ ਸਿਆਣੇ ਵੀ ਸਾਰੇ ਸਾਰੇ ਖਾਈ ਜਾਂਦੇ ਜੀ ਬੱਚੇ ਵੀ ਖਾਂਦੇ ਨੇ ਸਿਆਣੇ ਵੀ ਖਾਂਦੇ ਨੇ ਤੇ ਇਹ ਜ਼ਰਾ ਗਰਮੀ ਦੇ ਵਿੱਚ ਠੰਡਕ ਜਿਹੜੀ ਹੈ ਨਾ ਉਹ ਖਾਣ ਨਾਲ ਮਿਲ ਜਾਂਦੀ ਏ ਤੇ ਥੋੜਾ ਸਕੂਨ ਆ ਜਾਂਦਾ ਬਿਲਕੁਲ ਆ ਜਾਂਦਾ ਜੀ ਅੱਛਾ ਜੀ ਤੇ ਸਫਰ ਹੈ ਲੋ ਜੀ ਤੁਸੀਂ ਖਾਓ ਹੈ ਤੇ ਮੈਂ ਆਪਣੇ ਵੀਰ ਨਾਲ ਗੱਲ ਕਰਦੀ ਹਾਂ ਹਾਂਜੀ ਅੱਛਾ ਤੇ ਫਿਰ ਘਰ ਦਾ ਸਿਸਟਮ ਕਿਵੇਂ ਚੱਲ ਰਿਹਾ ਜੀ ਘਰ ਦਾ ਸਿਸਟਮ ਜੀ ਮੇਰੇ ਸਿਰ ਤੇ ਚੱਲ ਰਿਹਾ ਤੁਹਾਡੇ ਸਿਰ ਤੇ ਚੱਲ ਰਿਹਾ ਹਾਂਜੀ ਹਾਂ ਸਹੀ ਚੱਲਦਾ ਪਿਆ ਬੱਸ ਸ਼ੁਕਰ ਹੈ ਮਾਲਕ ਦਾ ਅੱਲਾਹ ਬਾਗ ਦੇ ਜਾਂਦਾ ਖਾਈ ਪੀ ਜਾਂਦੇ ਨੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਘਰ ਚ ਸਾਰਾ ਕੁਝ ਹੈ ਬਸ ਇਹ ਸਿਆਣੇ ਕਹਿੰਦੇ ਬੱਚਿਆਂ ਦਾ ਸਭ ਕੁਝ ਹੀ ਆ ਹਾਂ ਇਹ ਤੇ ਤੁਹਾਡੀ ਬੜੀ ਅੱਛੀ ਗੱਲ ਹੈ ਹਾਂ ਹਾਂ ਹਾਂਜੀ ਬੱਚਿਆਂ ਦਾ ਸਭ ਕੁਝ ਹੁੰਦਾ ਉਹ ਹੀ ਮਾਂ ਪਿਓ ਉਹ ਹੀ ਭੈਣ ਭਰਾ ਹਾਂ ਉਹ ਹੀ ਰਿਸ਼ਤੇਦਾਰ ਤੇ ਬੱਚਿਆਂ ਦੀਆਂ ਖਵਾਇਸ਼ਾਂ ਸਾਰੀਆਂ ਪੂਰੀਆਂ ਕਰਦੀਆਂ ਹਾਂ ਜੀ ਸਾਰੀਆਂ ਇਨਸ਼ਾਅੱਲਾ ਪੂਰੀਆਂ ਕਰਦੀਆਂ ਜੀ ਅੱਛਾ ਜੀ ਹਾਂ ਬੱਚਿਆਂ ਨੂੰ ਕੋਈ ਖਵਾਇਸ਼ ਹੋਵੇ ਕਿ ਉਹ ਪੂਰੀ ਨਾ ਅਜ ਤੱਕ ਹੋ ਸਕੀ ਹੋਵੇ ਹੈਂ ਬਾਦੀ ਉਹ ਫੇ ਮਾਲਿਕ ਕਰਨਾ ਜੀ ਉਹ ਮਾਲਿਕ ਕਰਨਾ ਵੀ ਸਿਲਾ ਆਪਣੇ ਕਰਨਾ ਤੁਸੀਂ ਇਹ ਖਸਾ ਹਾਲਾ ਦਾ ਸਾਈਕਲ ਜਿਹੜਾ ਵਾ ਇੰਨਾ ਸਫਰ ਕਰਦੇ ਪਏ ਜੀ ਇਹਦੇ ਉੱਪਰ ਹੈ ਦੇਖੋ ਜੀ ਮੈਨੂੰ 17 18 ਸਾਲ ਹੋ ਗਏ ਸਾਈਕਲ ਚਲਾਉਂਦੇ ਨੂੰ ਅੱਛਾ ਤੇ ਇੰਨਾ ਰਾਵਾਂ ਤੇ ਰਹਿੰਦਾ ਬਸ ਅੱਛਾ ਜੀ ਹਾਂ ਹਮ ਕਿ ਇਹ ਰਸੇ ਜਾਂਦੇ ਜਾਂਦੇ ਸਾਈਕਲ ਪਰੇਸ਼ਾਨ ਨਹੀਂ ਕਰਦਾ ਕਰਦਾ ਹੀ ਕਿਸੇ ਵੇਲੇ ਹਾਂ ਫੇਰ ਕੀ ਫੇਰ ਲਾ ਕੇ ਛਾ ਕੇ ਠੀਕ ਕਰਾ ਲਈਦਾ ਜੀ ਫੇਰ ਚੱਲ ਜਾਈਦਾ ਅੱਛਾ ਜੀ ਹਾਂ ਅੱਛਾ ਤੇ ਮੈਨੂੰ ਦੱਸੋ ਇਧਰ ਆਓ ਜਰਾ ਜੀ ਮੇਰਾ ਵੀਰ ਦੱਸੋ ਕਿ ਇਹ ਪਿੰਡ ਇਧਰ ਕਿਹੜੇ ਕਿਹੜੇ ਪਿੰਡ ਇਹ 213 ਜੀ ਇਹ ਕਿੱਥੇ ਜਾਂਦੀ ਆ ਇਹ 13 ਤੋਂ ਹੋ ਕੇ 17 ਜਾਂਦੀ ਆ 13 ਕਿਹੜਾ ਪਿੰਡ ਹੋਇਆ 213 ਆ ਜਿਹੜਾ ਅੱਛਾ ਗੁਜਰਾਤ ਪਿੰਡ ਹਾਂਜੀ ਇਸ ਤੋਂ ਅੱਗੇ ਫਿਰ 17 ਜੀ 217 ਜੀ ਅੱਛਾ ਇਹ ਨਾ ਕਿ ਅਗਲੇ ਵੇਲੇ 218 ਅੱਛਾ ਭੂਤਪੁਰ 43 ਫਿਰ ਅੱਗੇ ਸਮੁੰਦਰੀ ਚਲੋ ਆਜੋ ਫਿਰ ਆਪਣੇ ਸਾਈਕਲ ਦੇ ਕੋਲ ਆਜੋ ਹਾਂਜੀ ਠੀਕ ਹੈ ਜੀ ਮਾਸ਼ਾਅੱਲਾ ਕੀ ਮਾਸ਼ਾਅੱਲਾ ਤੁਹਾਡਾ ਸਮਾਨ ਤੁਹਾਡਾ ਸਾਈਕਲ ਹੈ ਉਹ ਕਿੱਥੇ ਗਿਆ ਸਾਈਕਲ ਕਿੱਥੇ ਗਿਆ ਹੈ ਇਹਦੇ ਨਾਲ ਕਰਤਾ ਸਾਈਕਲ ਨਕਸ਼ਾ ਬਦਲ ਗਿਆ ਹਾਂਜੀ ਹੈ ਸਾਈਕਲ ਚਲਾ ਗਿਆ ਨਹੀਂ ਪਰੇਸ਼ਾਨ ਕਿਉਂ ਹੋਣਾ ਅੱਲਾ ਮਾਫੀ ਦੇ ਜੀ ਨਹੀਂ ਨਹੀਂ ਜੇ ਤੁਸੀਂ ਉਹ ਤੇ ਸਭ ਕੁਝ ਹੈ ਅੱਲਾ ਪਾਕ ਨਾਲ ਸਾਡੇ ਕੋਈ ਟੈਨਸ਼ਨ ਨਹੀਂ ਹਾਂਜੀ ਅੱਲਾ ਪਾਕ ਦਾ ਕਰਮ ਹੈ ਜੀ ਅੱਛਾ ਜੀ ਅੱਲਾ ਪਾਕ ਦਾ ਹੀ ਕਰਮ ਹੋਣਾ ਚਾਹੀਦਾ ਵਾ ਮੇਰੇ ਵੀਰ ਨੂੰ ਬਹੁਤ ਮੁਸ਼ਕਲ ਸੀ ਕਿਉਂਕਿ ਖਸਾ ਹਾਲਤ ਦਾ ਸਾਈਕਲ ਸੀ ਇੱਧਰ ਆ ਜਾ ਇੱਥੇ ਇੱਥੇ ਹਾਂ ਖਸਾ ਹਾਲਤ ਦਾ ਸਾਈਕਲ ਸੀ ਤੇ ਮੁਸ਼ਕਲ ਹੁੰਦੀ ਸੀ ਸਫਰ 'ਚ ਹੈ ਕਿਸੇ ਵਕਤ ਖਰਾਬੀ ਵੀ ਆ ਜਾਂਦੀ ਸੀ ਹਾਂ ਜੀ ਆ ਜਾਂਦੀ ਹੈ ਤੇ ਮੈਂ ਕਿਹਾ ਕਿ ਅੱਲਾ ਪਾਕ ਦੀ ਤਰਫੋਂ ਆਪਣੇ ਵੀਰ ਨੂੰ ਨਵਾਂ ਸਾਈਕਲ ਦੇਣੇ ਆ ਚਲੋ ਜੀ ਆਮੀਨ ਜੀ ਹਾਂ ਆਮੀਨ ਅੱਲਾ ਪਾਕ ਤੁਹਾਡੀ ਉਮਰ ਦਰਾਜ ਕਰੇ ਲੰਬੀ ਉਮਰ ਕਰੇ ਅੱਲਾ ਪਾਕ ਜੀ ਫਿਰ ਅੱਲਾ ਫਾਕ ਕੁਛ ਆ ਗਿਆ ਪੁਰਾਣਾ ਸਾਈਕਲ ਦੀ ਗੱਲ ਕਰੋ ਉਹ ਕਿੱਥੇ ਗਿਆ ਪੁਰਾਣਾ ਸਾਈਕਲ ਚਲਾ ਗਿਆ ਅੱਲਾ ਦੇ ਕੋਲ ਅੱਲਾ ਨੇ ਨਵਾਂ ਪਾ ਦਿੱਤਾ ਤਾਂ ਇਹ ਪਰੇਸ਼ਾਨ ਆ ਉਹ ਫਾਇਨਲ ਬੋੜਿਆਂ ਤੋਂ ਪਰੇਸ਼ਾਨ ਨਹੀਂ ਨਹੀਂ ਇਹ ਤਾਂ ਪੈਸੇ ਵੀ ਉਹਦੇ ਵਿੱਚ ਹੋਣੇ ਆ ਉੱਥੇ ਪੈਸੇ ਹੈ ਕੋਈ ਨਹੀਂ ਨਹੀਂ ਪੈਸੇ ਨਹੀਂ ਉਹਦੇ ਪੈਸੇ ਕੋਈ ਨਹੀਂ ਕੋਈ ਨਹੀਂ ਡਾਡਾ ਸਮਾਨ ਜਿਹੜਾ ਤੁਹਾਨੂੰ ਦੇ ਦਵਾਂਗੇ ਠੀਕ ਹੈ ਅੱਲਾਹ ਪਾਕ ਨੇ ਮੇਰੇ ਵੀਰ ਵਾਸਤੇ ਕੁਝ ਹੋਰ ਵੀ ਭੇਜਿਆ ਵਾ ਬismillah ਜੀ ਬismillah ਕਰਕੇ ਹਾਂ ਬismillah ਕਰਕੇ ਅੱਲਾਹ ਪਾਣੀ ਵਰਤ ਜਿਹੜੀ ਆਂਦੀ ਹੈ ਨਾ ਉਹ ਬismillah ਕਰਕੇ ਕਬੂਲ ਕਰੀ ਦਈਏ ਤੇ ਇਹ ਸਾਰਾ ਕੁਝ ਪਹਿਲੇ ਤੇ ਅੱਲਾਹ ਪਾਕ ਦੀ ਤਰਫੋਂ ਹੈ ਫਿਰ ਉਸ ਤੋਂ ਬਾਅਦ ਇਹ ਜੋ ਭੈਣ ਜ਼ਰੀਆ ਬਣੀ ਆ ਇਹ ਆਪਰਾ ਜ਼ਰੀਆ ਬਣਿਆ ਵਾ ਨਵਾਬ ਸਾਹਿਬ अली رضوان ਮਦਰ ਸਾਹਿਬ अली رضوان ਮਦਰ ਸਾਹਿਬ ਇਹ ਸਾਡੇ ਬਹੁਤ ਪਿਆਰੇ ਭਾਈ ਨੇ ਇਹ ਜ਼ਰੀਆ ਬਣੇ ਨੇ ਸਾਰਾ ਕੁਝ ਦੇਂਦਾ ਹੈ ਉਹਨਾਂ ਵਾਸਤੇ ਜ਼ਰੂਰ ਦੁਆ ਕਰਨਾ ਅੱਲਾ ਮਾਨ ਅਮੀਨ ਅੱਲਾ ਫਾ ਕੋ ਸੁਭਾਏ ਨੂੰ ਖੈਰ ও ਬਰਕਤ ਦੇਵੇ ਲੰਮੀ ਉਮਰ ਦੇਵੇ ਜੀ ਹੈ ਆਪਣੇ ਹਿਸਾਬਾਹ ਚ ਰੱਖੇ ਇਹ ਵੈਸੇ ਕਿੰਨੇ ਆ 1 ਲੱਖ ਹੋਣਾ ਕਿ ਇਹ ਲੈ ਦੱਸ ਮੇਰੀ ਗੱਲ ਸੁਣ ਲੈ ਭਾਈ 10000 10000 ਹਾਂ ਮੇਰਾ ਵੀ 10000 ਠੀਕ ਹੈ ਹੋਰ ਅਸਰ ਰੋਜ਼ ਦੁਆ ਕਰੀ ਹਾਂ ਬਿਲਕੁਲ ਯਾਰ ਉਹਨਾਂ ਵਾਸਤੇ ਦੀ ਫੈਮਲੀ ਵਾਸਤੇ ਰੋਜ਼ ਦੁਆ ਕਰਨਾ ਹਾਂ ਹਾਂਜੀ ਅੱਲਾਹ ਪਾਕ ਸਭ ਨੂੰ ਸਭ ਨੂੰ ਸਹਾਇਆ ਹਾਂ ਹਾਂਜੀ ਚਲੋ ਜੀ ਫਿਰ ਜੀਉਂਦੇ ਵਾਸਤੇ ਰਹੋ ਅੱਲਾਹ ਹਾਫਿਜ਼ ਅੱਲਾਹ ਹਾਫਿਜ਼